अज मोहाली के 8 फेज के किसानों का एक बड़ा इकट्ठ होने जा रहा है, क्योंकि जिवें दिल्ली दे विच सी उस तरीके की अज मोहाली दे विच है। तो मनजीत राय साढ़े नाल ने, मनजीत राय जी, किन्ना क वड्डा इकट्ठ होने की उम्मीद है, क्योंकि लगातार हड़ दी तरह ही लोग आ रहे हैं हुण भी? साडा देखो तुहानू आ देख रहे काफलियां दे काफले आ रहे हैं, शुरू होए हले, ये मेरे जो साडा अंदाजा है 90,000 तो 1,00,000 का इकट्ठ होएगा, बड़ा इकट्ठ होएगा और ये लामिसाल इकट्ठ होएगा। जिहड़ी सरकार सुती पई है वो समझते ने कि किसान शायद खिंड गए, पर उन्होंने अज आगाज़ हो जूगा कि मुड़ अंदोलन शुरू होने की शुरुआत अज जी है। मोहाली पंजाब तो अगे शुरू होया सी, ते पंजाब ही अज जिहड़ा मोहाली तो तुहानू नज़र आएगा कि उस जोश दे नाल, उस ही होश दे नाल और उस ही जज्बे दे नाल अज जिहड़ा फिर किसान इकट्ठा होया। मंगां की रहणगियां मनजीत जी, काफ़ी पहला तुसी धरना भी तैनू 1.5 साल दिल्ली दे विच ला के आए हैं, उस समय दे विच भी क्यों नहीं मना सके फिर पूरी मंगा? देखो ये उत्थे भी असी कहा सी भी एक पड़ा की लड़ाई जिहड़ी साडी उहदी असी जित कर ली है, उहदे विच तीनों कानून रद्द हो गए ने, ते दूजे पड़ा की लड़ाई की असी तैयारी करांगे। आ तुहानू अज तैयारी नज़र आएगी, जो उत्थे आ के आए सी उहदी असी बिल्कुल शुरुआत अज करती है। ये दूजे पड़ा की हुण जिहड़ी लड़ाई है भारत सरकार नाल उह शुरू होण जा रही है। मनजीत राय जथेबंदी की जिहड़ी मुस्तरका जमीनां नूं लै के मामला भखिया होया, की स्टैंड है तुहाडा सरकार पंजाब सूबे सरकार वास्ते? ਸਾਡਾ ਸਟੈਂਡ ਹੈ ਆਬਾਦਕਾਰਾਂ ਨੂੰ ਜ਼ਮੀਨ ਜਿਹੜੀ ਆ ਉਹ ਛੱਡਣੀ ਚਾਹੀਦੀ ਸਰਕਾਰ ਨੂੰ, ਸਰਕਾਰ ਉਹਨਾਂ ਤੋਂ ਨਹੀਂ ਖੋਣੀ ਚਾਹੀਦੀ ਜ਼ਮੀਨ। ਆਬਾਦਕਾਰਾਂ ਨੇ ਆਬਾਦ ਕੀਤੀ ਆ ਜ਼ਮੀਨ, ਉਹਨਾਂ ਕੋਲੋਂ ਜੇ ਸਰਕਾਰ ਖੋਏਗੀ ਤਾਂ ਅਸੀਂ ਬਿਲਕੁਲ ਸਰਕਾਰ ਦਾ ਵਿਰੋਧ ਕਰਾਂਗੇ। ਸੀਐਮ ਵੀ ਬਿਆਨ ਦਿੰਦੇ ਨੇ, ਕਹਿੰਦਾ ਕਿ ਫੰਡ ਇਕੱਠੇ ਕਰਨ ਵਾਸਤੇ ਆਉਂਦੀਆਂ ਨੇ ਜਥੇਬੰਦੀਆਂ ਵਾਰ ਵਾਰ ਤਾਂ ਉਹ ਨਿੰਦਣਯੋਗ ਬਿਆਨ ਉਹਨਾਂ ਦਾ, ਬਹੁਤ ਬਹੁਤ ਨਿੰਦਣਯੋਗ ਬਿਆਨ ਹੈ। ਇੱਕ ਜ਼ਿੰਮੇਵਾਰ ਵਿਅਕਤੀ ਨੂੰ ਇਦਾਂ ਦਾ ਬਿਆਨ ਨਹੀਂ ਦੇਣਾ ਚਾਹੀਦਾ, ਉਹ ਆਪ ਸੰਘਰਸ਼ਸ਼ੀਲ ਰਹੇ ਨੇ, ਆਪ ਅੰਦੋਲਨਾਂ 'ਚੋਂ ਨਿਕਲੀ ਹੋਈ ਉਹਨਾਂ ਦੀ ਪਾਰਟੀ ਹੈ, ਫਿਰ ਉਹ ਜੇਕਰ ਇਦਾਂ ਦੇ ਬਿਆਨ ਦਿੰਦੇ ਨੇ ਉਹ ਬੜਾ ਨਿੰਦਣਯੋਗ ਬਿਆਨ ਹੈ। ਠੀਕ ਹੈ ਜੀ, ਤੁਸੀਂ ਦੇਖੋ ਕਿ ਇਹ ਸਨ ਮਨਜੀਤ ਰਾਏ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਕਿਸਾਨਾਂ ਦਾ ਵੱਡਾ ਕਾਫਲਾ ਅੱਜ ਮੋਹਾਲੀ ਦੇ ਵਿੱਚ ਪਹੁੰਚ ਰਿਹਾ, ਜਿਸ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਆਗਾਜ਼ ਕਰਾ ਰਹੇ ਹਾਂ ਕਿ 2023 ਦੇ ਵਿੱਚ ਮੁੜ ਤੋਂ ਵੱਡਾ ਜਿਹੜਾ ਧਰਨਾ ਕੇਂਦਰ ਸਰਕਾਰ ਦੇ ਖਿਲਾਫ ਲੱਗ ਸਕਦਾ, ਨਹੀਂ ਤਾਂ ਸਾਡੀਆਂ ਮੰਗਾਂ ਜਿਹੜੀਆਂ ਨੇ ਪੈਂਡਿੰਗ ਪਈਆਂ ਨੇ ਉਹ ਮੰਗਾਂ ਪੂਰੀਆਂ ਕੀਤੀਆਂ ਜਾਣ। ਤਾਂ ਇਸ ਨੂੰ ਲੈ ਕੇ ਜੇ ਆਪਾਂ ਦਿਖਾਈਏ ਤਾਂ ਪੂਰਾ ਵੱਡਾ ਇਕੱਠ ਤਾਂ ਇਸ ਪਾਸੇ ਅੱਜ ਮੋਹਾਲੀ ਦੇ ਤੁਹਾਨੂੰ ਦਿਸੇਗਾ, ਵੱਡੀ ਸਟੇਜ ਲੱਗੀ ਹੋਈ ਹੈ ਅਲੱਗ ਅਲੱਗ ਜਗ੍ਹਾ ਪੰਜਾਬ ਤੋਂ, ਜੇ ਦਿਖਾਈਏ ਤੁਹਾਨੂੰ ਕਿਸਾਨ ਪਹੁੰਚੇ ਹੋਏ ਨੇ, ਤਸਵੀਰਾਂ ਤੁਹਾਨੂੰ ਦਿਖਾਈਆਂ ਨੇ, ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ। ਕਿਸਾਨਾਂ ਵੱਲੋਂ ਹੁਣ ਆਗਾਜ਼ ਕਰ ਦਿੱਤਾ ਹੈ, ਅੱਜ ਗਵਰਨਰ ਨੂੰ ਮੰਗ ਪੱਤਰ ਦੇਣ ਜਾਣਾ, ਅਗਰ ਉਸ ਤੋਂ ਬਾਅਦ ਵੀ ਸਰਕਾਰ ਨੇ ਇਹਨਾਂ ਦੀਆਂ ਮੰਗਾਂ ਕਿਸਾਨਾਂ ਦੇ ਨਾਮ ਮੰਨੀਆਂ ਤਾਂ ਸਰਕਾਰ ਦੇ ਖਿਲਾਫ ਇੱਕ ਵੱਡਾ ਸੰਘਰਸ਼ ਉਲੀਕਣ ਦੀ ਜਿਹੜੀ ਗੱਲ ਆਖੀ ਜਾ ਰਹੀ ਹੈ। ਤਾਂ ਇਸ ਤਰੀਕੇ ਨਾਲ ਤੁਸੀਂ ਦੇਖੋ ਵੱਡੇ ਇਕੱਠ ਦੀਆਂ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਲਗਾਤਾਰ ਇੱਥੇ ਜਿਹੜੀਆਂ ਗੱਡੀਆਂ ਬੱਸਾਂ ਭਰ ਭਰ ਕੇ ਜਿਹੜੀਆਂ ਆ ਰਹੀਆਂ ਨੇ। ਤਾਂ ਹੁਣ ਰੋਲਦੂ ਸਿੰਘ ਮਾਨ ਸਾਹਿਬ ਪਹੁੰਚੇ ਹੋਏ ਨੇ, ਤਾਂ ਹੋਰ ਦਰਸ਼ਨ ਸਿੰਘ ਦਰਸ਼ਨਪਾਲ ਉਹ ਵੀ ਪਹੁੰਚੇ ਹੋਏ ਨੇ, ਥੋੜ੍ਹੀ ਦੇਰ ਜੋਗਿੰਦਰ ਸਿੰਘ ਗਰਾਹਾਂ ਪਹੁੰਚ ਰਹੇ ਨੇ। ਕਿਸਾਨਾਂ ਦੀਆਂ ਵੱਡੇ ਜਥੇਬੰਦੀਆਂ ਇੱਥੇ ਪਹੁੰਚ ਕੇ ਅੱਜ ਗਵਰਨਰ ਨੂੰ ਮਿਲਣ ਜਾ ਰਹੀਆਂ, ਦੇਖਦੇ ਹਾਂ ਕਿ ਇਹਨਾਂ ਦੀ ਮੰਗਾਂ ਦੇ ਜਿਹੜੇ ਮੰਗ ਪੱਤਰ ਦਿੰਦੇ ਨੇ ਕਦੋਂ ਕੇਂਦਰ ਸਰਕਾਰ ਪੂਰਾ ਕਰਦੇ ਹੋਣਗੇ। ਸੁਮਿਤ ਦੇ ਨਾਲ ਹਰਤੇਜ ਸਿੰਘ।